ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਦੋਸਤੋ ਜਿਹੜਾ ਪੰਜਾਬ ਈਟੀᱴਟੀ ਅਧਿਆਪਕਾਂ ਲਈ ਸੈਕੰਡ ਪੇਪਰ ਲਿਤਾ ਜਾਵੇਗਾ ਜਿਹੜਾ ਕਿ 100 ਨੰਬਰਾਂ ਦਾ ਹੋਵੇਗਾ ਉਸ ਵਿੱਚ ਪੰਜਾਬ ਜੀਕੇ ਬਾਰੇ ਜ਼ਰੂਰ ਪੁੱਛਿਆ ਜਾਵੇਗਾ ਇਸ ਲਈ ਅਸੀਂ ਅੱਜ ਦੀ ਵੀਡੀਓ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਮਹੱਤਵਪੂਰਨ ਪ੍ਰਸ਼ਨ ਡਿਸਕਸ ਕਰਾਂਗੇ ਜਿਨ੍ਹਾਂ ਦੇ ਐਗਜ਼ਾਮ ਵਿੱਚ ਆਉਣ ਦੇ ਪੂਰੇ ਚਾਂਸ ਨੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਹਾਂਜੀ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ ਸਿੱਖ ਧਰਮ ਦੇ ਮੋਢੀ ਗੁਰੂ ਕੌਣ ਸਨ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕਿੰਡ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਇਸ ਕੁਸ਼ਣ ਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 1 ਸਿੱਖ ਧਰਮ ਦੇ ਮੋਢੀ ਗੁਰੂ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਦਾ ਜਨਮ ਕਦੋਂ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਇਸਵੀ ਵਿੱਚ ਹੋਇਆ ਸੀ ਤੇ ਸਮੰਤ ਦੀ ਗੱਲ ਕਰੀਏ ਤਾਂ ਸਮੰਤ 1500 26 ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਅੱਛਾ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ? ਤਾਂ ਇਹਨਾਂ ਦਾ ਜਨਮ ਨਨਕਾਣਾ ਸਾਹਿਬ ਜਿਹੜਾ ਕਿ ਪਾਕਿਸਤਾਨ ਵਿੱਚ ਹੈ ਉੱਥੇ ਇਹਨਾਂ ਦਾ ਜਨਮ ਹੋਇਆ ਸੀ। ਪਹਿਲਾਂ ਇਸ ਨੂੰ ਰਾਏ ਪੋਇ ਦੀ ਤਲਵੰਡੀ ਜ਼ਿਲ੍ਹਾ ਸੇਖੂਪੁਰਾ ਵੀ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਦਾ ਨਾਮ ਸ਼੍ਰੀ ਮਹਿਤਾ ਕਲਿਆਣ ਦਾਸ ਜਾਂ ਫਿਰ ਮਹਿਤਾ ਕਾਲੂ ਨਾਲ ਵੀ ਜਾਣਿਆ ਜਾਂਦਾ ਹੈ ਤੇ ਮਾਤਾ ਦਾ ਨਾਮ ਤਿਰਪਤਾ ਮਾਤਾ ਤਿਰਪਤਾ ਇਹਨਾਂ ਦੀ ਮਾਤਾ ਦਾ ਨਾਂ ਸੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਗੁਰਦਾਸਪੁਰ ਦੇ ਵਸਨੀਕ ਮੂਲ ਚੰਦ ਦੀ ਸੁਪੁੱਤਰੀ ਸੁਲਖਣੀ ਜੀ ਨਾਲ ਹੋਇਆ ਸੀ ਇਹ ਵਿਆਹ ਸਮਤ 1544 ਵਿੱਚ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਤਾਨ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਦੋ ਪੁੱਤਰ ਸਨ ਫਸਤ ਦਾ ਨਾਮ ਸੀ ਬਾਬਾ ਸ਼੍ਰੀਚੰਦ ਬਾਬਾ ਸ਼੍ਰੀਚੰਦ ਜਿਨ੍ਹਾਂ ਦਾ ਜਨਮ 1495 ਵਿੱਚ ਹੋਇਆ ਸੀ ਸੈਕਿੰਡ ਪੁੱਤ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਸੈਕਿੰਡ ਪੁੱਤਰ ਦਾ ਨਾਮ ਸੀ ਬਾਬਾ ਲਕਸ਼ਮੀ ਚੰਦ ਜੀ ਬਾਬਾ ਲਕਸ਼ਮੀ ਚੰਦ ਜੀ ਜਿਨ੍ਹਾਂ ਦਾ ਜਨਮ 1497 ਵਿੱਚ ਹੋਇਆ ਸੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਪੰਜਾਬ ਵਿੱਚ ਪਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਜੀ ਗੁਰੂ ਨਾਨਕ ਦੇਵ ਜੀ ਸੈਕਿੰਡ ਦਿੱਤਾ ਹੈ ਸ਼ੰਕਰਾਚਾਰਿਆ ਥਰਡ ਦਿੱਤਾ ਹੈ ਰਾਮਾਨੰਦ ਤੇ ਫੋਰਥ ਹੈਗਾ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵਿੱਚ ਪਗਤੀ ਅੰਦੋਲਨ ਦੇ ਸੰਸਥਾਪਕ ਸਨ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਸਿੱਖ ਧਰਮ ਦਾ ਸੰਸਥਾਪਕ ਵੀ ਕਿਹਾ ਜਾਂਦਾ ਹੈ ਤੇ ਇਸ ਟਾਈਮ ਜਿਹੜੇ ਮੁਗਲ ਸ਼ਾਸਕ ਸਨ ਉਹ ਸਨ ਬਾਬਰ ਨੈਕਸਟ ਕੁਐਸਚਨ ਵੱਲ ਚੱਲਦੇ ਆ ਸੜਾ ਨੈਕਸਟ ਕੁਐਸਚਨ ਆਂਦਾ ਹੈ ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ਤਾਂ ਸਿੱਖ ਧਰਮ ਦੇ ਜਿਹੜੇ ਸੰਸਥਾਪਕ ਸਨ ਉਹ ਸਨ ਗੁਰੂ ਨਾਨਕ ਦੇਵ ਜੀ ਨੈਕਸਟ ਕੁਐਸਚਨ ਵੱਲ ਚੱਲਦੇ ਆ ਸੜਾ ਨੈਕਸਟ ਕੁਐਸਚਨ ਆਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਬਿਕਰਮ ਸਮਤ ਵਿੱਚ ਹੋਇਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ 1526 ਸੈਕਿੰਡ ਦਿੱਤਾ ਹੈ 1539 ਥਰਡ ਹੈਗਾ 1469 ਤੇ ਫੋਰਥ ਦਿੱਤਾ ਹੈ 1549 ਤੇ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਫਰਸਟ 1526 ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਅਕਬਰ ਸੈਕਿੰਡ ਦਿੱਤਾ ਹੈ ਬਾਬਰ ਥਰਡ ਦਿੱਤਾ ਹੈ ਹਮਾਇੂ ਤੇ ਫੋਰਥ ਹੈਗਾ ਜਹਾਂਗੀਰ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਸੀ ਬਾਬਰ ਆਪਸ਼ਨ ਨੰਬਰ ਸੈਕਿੰਡ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਸ਼੍ਰੀ ਮਹਿਤਾ ਕਾਲੂ ਸੈਕਿੰਡ ਦਿੱਤਾ ਹੈ ਸ਼੍ਰੀ ਫੈਰੂਮਲ ਥਰਡ ਹੈਗਾ ਸ਼੍ਰੀ ਤੇਜਪਾਲ ਤੇ ਫੋਰਥ ਦਿੱਤਾ ਹੈ ਸ਼੍ਰੀ ਹਰੀਰਾਮ ਤਾਂ ਸਾਰਿਆਂ ਨੂੰ ਪਤਾ ਹੈ ਇਸ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਆਪਸ਼ਨ ਨੰਬਰ 1 ਸ਼੍ਰੀ ਮਹਿਤਾ ਕਾਲੂ ਇਹਨਾਂ ਦੇ ਪਿਤਾ ਦਾ ਨਾਂ ਸੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਕੀ ਨਾਂ ਸੀ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਦਇਆਕੌਰ ਸੈਕੰਡ ਦਿੱਤਾ ਹੈ ਬੀਬੀ ਖੀਵੀ ਥਰਡ ਹੈਗਾ ਤ੍ਰਿਪਤਾ ਦੇਵੀ ਤੇ ਫੋਰਥ ਦਿੱਤਾ ਹੈ ਬੀਬੀ ਪਾਨੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 3 ਤ੍ਰਿਪਤਾ ਦੇਵੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਸੀ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸ ਦਿੱਤਾ ਹੈ ਮੰਜੀਆਂ ਸੈਕਿੰਡ ਦਿੱਤਾ ਹੈ ਉਦਾਸੀਆਂ ਥਰਡ ਹੈਗਾ ਪੀੜੀਆਂ ਤੇ ਫੋਰਥ ਦਿੱਤਾ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕਿਹਾ ਜਾਂਦਾ ਹੈ ਉਦਾਸੀਆਂ ਇਹਨਾਂ ਨੇ 4 ਯਾਤਰਾਵਾਂ ਕਿਤਿਆਂ ਸਤ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਬਸਾਇਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਤਰਨਤਾਰਨ ਸੈਕਿੰਡ ਦਿੱਤਾ ਹੈ ਖਡੂਰ ਸਾਹਿਬ ਥਰਡ ਹੈਗਾ ਕਰਤਾਰਪੁਰ ਜਿਹੜਾ ਜਲੰਧਰ ਵਿੱਚ ਹੈਗਾ ਤੇ ਫੋਰਥ ਹੈਗਾ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ অপਸ਼ਨ ਨੰਬਰ ਡੀ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਹੈ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਉਹ ਨਗਰ ਵਸਾਇਆ ਸੀ ਨੈਕਸਟ ਕੁਐਸਚਨ ਵੱਲ ਚੱਲਦੇ ਆ ਸੜਾ ਨੈਕਸਟ ਕੁਐਸਚਨ ਆ ਜਾਂਦਾ ਹੈ ਸੰਗਤ ਨਾਮਕ ਸੰਸਥਾ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕਿੰਡ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਹੈਗਾ ਗੁਰੂ ਗੋਬਿੰਦ ਸਿੰਘ ਜੀ ਤੇ ਇਸ ਕੁਸ਼ਣ ਦਾ கரੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ 1 ਸੰਗਤ ਅਤੇ ਪੰਗਤ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸ਼ਨ ਆ ਜਾਂਦਾ ਹੈ ਜੀ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਕਿਹੜੇ ਦਰਿਆ ਦੇ ਕੰਢੇ ਤੇ ਸਥਿਤ ਹੈਗਾ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਬਿਆਸ ਸੈਕੰਡ ਦਿੱਤਾ ਹੈ ਸਤਲੁਜ ਥਰਡ ਹੈਗਾ ਚਨਾਬ ਤੇ ਫੋਰਥ ਹੈਗਾ ਰਾਵੀ ਕਰਤਾਰਪੁਰ ਜਿਹੜਾ ਪਾਕਿਸਤਾਨ ਵਿੱਚ ਹੈਗਾ ਉਹ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈਗਾ ਨੈਕਸਟ ਕੁਐਸ਼ਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸ਼ਨ ਆਉਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਂ ਸਨ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਮੋਹਨ ਤੇ ਮੋਹਰੀ ਸੈਕਿੰਡ ਦਿੱਤਾ ਹੈ ਦਾਤੂ ਤੇ ਦਾਸੂ ਥਰਡ ਹੈਗਾ ਸ਼ਰੀ ਚੰਦ ਤੇ ਲక్ష్ਮੀ ਚੰਦ ਤੇ ਫੋਰਥ ਦਿੱਤਾ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਆਪਸ਼ਨ ਨੰਬਰ ਸੀ ਸ਼ਰੀ ਚੰਦ ਤੇ ਲక్ష్ਮੀ ਚੰਦ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਸਨ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਜਪੂਜੀ ਸਾਹਿਬ ਕਿਸ ਦੀ ਰਚਨਾ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕੰਡ ਹੈਗਾ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਜਪੂਜੀ ਸਾਹਿਬ ਜਿਹੜੀ ਰਚਨਾ ਹੈ ਉਹ ਹੈਗੀ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ ਚਾਰਾ ਆਪਸ਼ਨ ਦਿੱਤੇ ਨੇ ਫਸਟ ਹੈਗਾ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੈਕੰਡ ਦਿੱਤਾ ਹੈ ਆਪਣੇ ਆਤਮ ਗਿਆਨ ਦਾ ਪ੍ਰਚਾਰ ਕਰਨਾ ਥਰਡ ਹੈਗਾ ਸਮਾਜਿਕ ਸੁਧਾਰ ਕਰਨੇ ਤੇ ਫੋਰਥ ਹੈਗਾ ਈਸ਼ਵਰ ਦੀ ਮਹਿਮਾ ਦੱਸਣਾ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਦਾ ਮੁੱਖ ਉਦੇਸ਼ ਸੀ ਆਪਣੇ ਆਤਮ ਗਿਆਨ ਦਾ ਪ੍ਰਚਾਰ ਕਰਨਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਜੀ ਕੀਰਤਨ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕਿੰਡ ਹੈਗਾ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਹੈਗਾ ਗੁਰੂ ਗੋਬਿੰਦ ਸਿੰਘ ਜੀ ਤਾਂ ਕੀਰਤਨ ਦੀ ਜਿਹੜੀ ਪ੍ਰਥਾ ਸਟਾਰਟ ਕੀਤੀ ਸੀ ਉਹ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਕੁਐਸਚਨ ਵੱਲ ਚਲਦੇ ਆ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਸਥਾਨ ਤੇ ਹੋਈ ਸੀ ਤਾਂ ਚਾਰ ਆਪਸ਼ਨ ਦਿੱਤੇ ਨੇ ਫਰਸਟ ਹੈਗਾ ਕਾਲੀ ਬਈ ਸੈਕਿੰਡ ਦਿੱਤਾ ਹੈ ਚਿੱਟੀ ਬਈ ਥਰਡ ਹੈਗਾ ਬਿਆਸ ਨਦੀ ਤੇ ਫੋਰਥ ਹੈਗਾ ਰਾਵੀ ਨਦੀ ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ A ਕਾਲੀ ਬਈ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਾਲੀ ਬਈ ਨਾਮਕ ਸਥਾਨ ਤੇ ਹੋਈ ਸੀ ਨੈਕਸਟ ਕੁਐਸ਼ਨ ਵੱਲ ਚਲਦੇ ਆਂ ਸੜਾ ਨੈਕਸਟ ਕੁਐਸ਼ਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਕਿਹੜੇ ਸਥਾਨ ਤੋਂ ਕੀਤੀ ਸੀ ਸਾਡੇ ਕੋਲ ਚਾਰ অপਸ਼ਨ ਨੇ ਫਸਟ ਹੈ ਗੈ ਕਰਤਾਰਪੁਰ ਸੈਕੰਡ ਦਿੱਤਾ ਹੈ ਸੁਲਤਾਨਪੁਰ 3rd ਹੈਗਾ ਸੈਯਦਪੁਰ ਤੇ 4th ਹੈਗਾ ਗੋਰਖ ਮੱਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਜਿਹੜੀ ਕੀਤੀ ਸੀ ਉਹ ਕੀਤੀ ਸੀ ਸੈਯਦਪੁਰ ਤੋਂ অপਸ਼ਨ ਨੰਬਰ 3 ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਤਾਰਾ 'ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਸਿੱਖ ਸੈਕਿੰਡ ਆਪਸ਼ਨ ਹੈਗਾ ਗੁਰੂ ਦਾ ਚੇਲਾ ਥਰਡ ਹੈਗਾ ਖਾਲਸਾ ਤੇ ਫੋਰਥ ਦਿੱਤਾ ਹੈ ਸਿੰਘ ਤਾਂ ਇਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਆਪਸ਼ਨ ਨੰਬਰ ਫਸਟ ਸਿੱਖ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ 'ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਕਿਹਾ ਜਾਂਦਾ ਸੀ ਸਿੱਖ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਗੱਦੀ ਦੀ ਪਰੰਪਰਾ ਕਿਸ ਨੇ ਸ਼ੁਰੂ ਕੀਤੀ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਗੁਰੂ ਨਾਨਕ ਦੇਵ ਜੀ ਸੈਕਿੰਡ ਹੈਗਾ ਗੁਰੂ ਅੰਗਦ ਦੇਵ ਜੀ ਥਰਡ ਹੈਗਾ ਗੁਰੂ ਹਰਗੋਬਿੰਦ ਜੀ ਤੇ ਫੋਰਥ ਹੈਗਾ ਸੰਤ ਕਬੀਰ ਜੀ ਤਾਂ ਗੁਰੂ ਗੱਦੀ ਦੀ ਜਿਹੜੀ ਪਰੰਪਰਾ ਉਹ ਸਟਾਰਟ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅਖੀਰਲਾ ਸਮਾਂ ਕਿੱਥੇ ਬਤੀਤ ਕੀਤਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਖਡੂਰ ਸਾਹਿਬ ਸੈਕਿੰਡ ਦਿੱਤਾ ਹੈ ਪਾਣੀਪਤ ਥਰਡ ਹੈਗਾ ਗੋਲਕੁੰਡਾ ਤੇ ਫੋਰਥ ਦਿੱਤਾ ਹੈ ਕਰਤਾਰਪੁਰ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਜਿਹੜਾ ਅਖੀਰਲਾ ਸਮਾਂ ਹੈਗਾ ਸੀ ਉਹ ਬਤੀਤ ਕੀਤਾ ਸੀ ਕਰਤਾਰਪੁਰ ਵਿੱਚ ਤਾਂ ਇਸ ਕੁਐਸਚਨ ਦਾ ਆਪਸ਼ਨ ਡੀ ਆਪਣਾ ਜਿਹੜਾ ਕੋਰੈਕਟ ਹੋ ਜਾਵੇਗਾ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਜਿਹੜਾ ਕਿ ਤੁਹਾਡੇ ਲਈ ਹੈਗਾ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਇਏ ਸਨ ਇਸ ਕੁਐਸਚਨ ਦਾ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਾਸ ਲਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਈ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਜੇਕਰ ਤੁਸੀਂ ਸਾਡੇ ਟੈਲੀਗ੍ਰam ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਾਡਾ ਟੈਲੀਗ੍ਰam ਚੈਨਲ ਹੈ @itsgkgurji ਇਸ ਨਾਲ ਤੁਸੀਂ ਸਾਡੇ ਟੈਲੀਗ੍ਰam ਚੈਨਲ ਤੇ ਜੁੜ ਸਕਦੇ ਹੋ ਜਿਸ ਵਿੱਚ ਅੱਜ ਦੀ ਵੀਡੀਓ ਦੀ ਪੀਡੀਐਫ ਤੁਹਾਨੂੰ ਮਿਲ ਜਾਵੇਗੀ ਤਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ